ਭਾਈ ਹੁਣਾਂ ਨੂੰ ਤਿਲੀ ਦੀ ਗੱਲ ਕਰਾਂ, ਇਸੇ ਮਾਲਕ ਦੀ ਆ ਤਿਲੀ। ਤਿਲੀ ਵੀ ਅਲਹਮਦੁਲਿਲਾਹ ਰਹਿਮਾਨ ਰਹੀਮ ਇਯਾ ਕਾ ਨਾਬੂਦੋ ਵਈਆ ਕਾ ਨਸਤਾਈਨ। ਅਸਲਾਮ ਅਲੈਕੁਮ ਜੀ। ਅੱਲਾ ਦੇ ਫਜ਼ਲ ਨਾਲ, ਅੱਲਾ ਦੇ ਕਰਮ ਨਾਲ ਉਮੀਦ ਹੈ ਤੁਸੀਂ ਵੀ ਖੈਰ ਉਕਰੀਤ ਨਾ ਹੋਵੋਗੇ। ਅੱਲਾ ਤਾਲਾ ਤੁਹਾਨੂੰ ਬਿਮਾਰੀਆਂ ਤੋਂ, ਪਰੇਸ਼ਾਨੀਆਂ ਤੋਂ ਮਹਿਫੂਜ਼ ਰੱਖੇ, ਆਮੀਨ। ਤੁਸੀਂ ਦੇਖਦੇ ਪਏ ਆਪਣਾ ਯੂਟਿਊਬ ਚੈਨਲ ਐਗਰੀ ਕਾਨੇਵਾਲ, ਮੈਂ ਮੁਹੰਮਦ ਇਮਰਾਨ। ਅੱਜ ਆਪਾਂ ਬਾਈ ਆਏ ਸੀਗੇ ਕੋਈ ਥੋੜ੍ਹੇ ਜਿਹਾ ਵੀ ਗੈਰ ਇਲਾਕੇ ਦੇ ਵਿੱਚ ਆਏ ਸੀਗੇ, ਅਤੇ ਆਪਣਾ ਵਲੋਗ ਅੱਜ ਇੱਥੋਂ ਦਾ ਹੀ ਆ ਵੀ ਗੈਰ ਇਲਾਕੇ ਦਾ ਕਾਹਦਾ ਵਲੋਗ ਆ, ਵੀ ਕਪਾਹ ਦੇ ਮੁਤਲਕ ਆ। ਮੈਨੂੰ ਕਪਾਹ ਦਾ ਵੀ ਬਹੁਤ ਵੀ ਚੰਗਾ ਲੱਗਾ ਵਾ, ਅੱਛਾ ਲੱਗਾ ਵਾ। ਮੈਂ ਕਿਹਾ ਵੀ ਇਹਦੇ ਜਿਹੜੀ ਅੱਜ ਦੀ ਯਾਨੀ ਕਿ ਆਪਣਾ ਵਲੋਗ ਆ ਜਾਂ ਵੀਡੀਓ ਲਾ ਲਓ, ਦੇਸੀ ਮਾਹੌਲ 'ਤੇ ਦੇਸੀ ਵਲੋਗ ਬਣਾਉਂਦੇ ਹੁੰਦੇ ਹਾਂ, ਉਹਦੇ ਵਿੱਚ ਹੀ ਉਹਦਾ ਦਿਖਾਉਂਦੇ ਤੁਹਾਨੂੰ ਕਪਾਹ ਵੀ ਕਿਹੜੀ ਕਪਾਹ ਅਤੇ ਫਲ। ਮੈਂ ਤਾਂ ਵੀ ਬਾਈ ਨਹੀਂ ਦੇਖਿਆ, ਜਿੰਨੇ ਵੀ ਮੈਂ ਆਪਦੇ ਯਾਰ ਦੋਸਤ ਭਰਾ ਮਿੱਤਰਾਂ ਦੇ ਪਾਸੇ ਜਾਂਦਾ ਕਪਾਹਾਂ ਫਸਲਾਂ ਦੇਖਦਾ, ਲੇਕਿਨ ਮੈਂ ਇਹੋ ਜਿਹੀ ਕਪਾਹ ਨਹੀਂ ਦੇਖੀ ਵੀ ਜਿੱਦਾਂ ਦਾ ਇਹ ਬੀ ਆ। ਅਤੇ ਜੇ ਮਾਲਕ ਟੱਕਰ ਗਿਆ ਤਾਂ ਆਪਾਂ ਪੁੱਛ ਕੇ ਉਹ ਵੀ ਇਸੇ ਵੀਡੀਓ ਦੇ ਵਿੱਚ ਤੁਹਾਨੂੰ ਦੱਸਦੇ ਹਾਂ। ਆਓ ਜੀ। ਅੱਛਾ, ਐਵੇਂ ਆ ਕਿ ਬਾਈ ਕਪਾਹ ਦੇ ਵਿੱਚ ਮੈਂ ਖੜੋਤਾ ਵਾਂ, ਤੁਸੀਂ ਦੇਖ ਸਕਦੇ ਆ। ਅਲਹਮਦੁਲਿਲਾ, ਅੱਲਾ ਦੇ ਫਜ਼ਲ ਨਾਲ, ਅੱਲਾ ਦੇ ਕਰਮ ਨਾਲ ਕਪਾਹ ਤਕਰੀਬਨ ਮੇਰੇ ਮੋਢੇ ਮੋਢੇ ਆ ਰਹੀ ਆ। ਅਗਰ ਤੁਸੀਂ ਚਿਣਾਈ ਦੀ ਗੱਲ ਕਰੋ ਤਾਂ ਚਿਣਾਈ ਕਪਾਹ ਦੀ ਮਾਲਕਾਂ ਨੇ ਵੀ ਇੱਕ ਦਫ਼ਾ ਕਰਾ ਲਈ ਆ। ਤਕਰੀਬਨ ਕਹਿੰਦੇ ਆ ਕਿ ਕਿੱਲੇ ਦੀ ਕੋਈ 6 ਮਣ ਨਿਕਲੀ ਆ, ਲੇਕਿਨ ਮਾਲਕ ਨਹੀਂ ਸਾਨੂੰ ਖੁਦ ਟੱਕਰੇ ਉਹਨਾਂ ਦੇ ਯਾਨੀ ਕਿ ਵੀ ਮਜ਼ੇਰੇ ਟੱਕਰੇ ਉਹਨਾਂ ਨਾਲ ਹੀ ਗੱਲ ਹੋਈ ਹੈ। ਅਤੇ ਫਲ ਦੀ ਗੱਲ ਕਰੋ ਔਰ ਬੂਟੇ ਦੀ ਗੱਲ ਕਰੋ, ਉਹ ਤੁਸੀਂ ਮੇਰੇ ਵੀਰ, ਮੇਰੇ ਭਰਾ, ਮੇਰੇ ਮਿੱਤਰ, ਮੇਰੇ ਦੋਸਤ, ਚਾਹੇ ਚੜ੍ਹਦੇ ਪੰਜਾਬ ਦੇ ਆ ਚਾਹੇ ਲਹਿੰਦੇ ਪੰਜਾਬ ਦੇ, ਦੇਖ ਸਕਦੇ ਹਾਂ। ਆਪਾਂ ਬਾਈ ਵੀ ਬੜੀਆਂ ਵੀਡੀਓ ਬਣਾਈਆਂ ਵਾ ਕਪਾਹ ਦੇ ਮੁਤਲਕ, ਸਹੀ ਬਣਾ ਲਈਆਂ, ਲੇਕਿਨ ਬਾਈ ਮੈਂ ਇਹੋ ਜਿਹੀ ਕਪਾਹ ਦਾ ਬੀ ਨਹੀਂ ਦੇਖਿਆ ਵੀ ਇਹ ਬੀ ਹੈ ਕਿਹੜਾ ਵਾ। ਹੁਣ ਮਾਲਕ ਟੱਕਰਦਾ ਅਤੇ ਮਾਲਕ ਨਾਲ ਵੀ ਆਪਾਂ ਤੁਹਾਡੀ ਗੱਲ ਕਰਾਉਂਦੇ ਜੇ ਲੱਭ ਗਿਆ। ਅਤੇ ਬਾਕੀ ਅੱਗੇ ਦੇਖੋ ਵੀ ਅੱਗੇ ਵੀ ਚਿਣਾਈ ਕਰਾਈ ਹੋਈ ਆ, ਫਲ ਅੱਛਾ ਵਾ, ਪਿਆਰਾ ਵਾ, ਖੂਬਸੂਰਤੀ ਨਾਲ ਹੀ ਵੀ ਫਲ ਲਿਆ ਹੋਇਆ ਵਾ, ਇਸ ਹਿਸਾਬ ਨਾਲ ਹੀ ਆ। ਦੇਖੋ ਨਾ ਇਹ ਜ਼ਰਾ ਆਹ ਦਿਖਾਇਓ ਨਾ, ਫਲ ਦਿਖਾਓ ਯਾਰ, ਦੇਖੋ ਨਾ ਅੱਛਾ। ਜਿਹੜੀ ਅਸਲ ਜਿਹੜੀ ਮੈਨੂੰ ਇਹਦੀ ਗੱਲ ਪਸੰਦ ਆਈ ਆ, ਗੱਲ ਇਸ ਬੀ ਦੀ ਇਹ ਪਸੰਦ ਆਈ ਆ ਕਿ ਕਪਾਹ ਨੂੰ ਹਿਲਾ ਕੇ ਦੇਖ ਲਓ ਜਿੱਦਾਂ ਮਰਜ਼ੀ, ਵਿੱਚੋਂ ਤੁਹਾਨੂੰ ਕੋਈ ਸ਼ੈ ਨਹੀਂ ਨਜ਼ਰ ਆਉਂਦੀ, ਨਾ ਤਾਂ ਸਬਜ਼ ਤੇਲਾ ਨਜ਼ਰ ਆਉਂਦਾ ਪਿਆ, ਨਾ ਇਹਦੇ 'ਚੋਂ ਥਰਿਪਸ ਤੁਹਾਨੂੰ ਨਜ਼ਰ ਆਉਂਦੀ ਪਈ ਆ, ਅਤੇ ਨਾ ਇਸ ਵੀ ਸਫੈਦ ਮੱਖੀ ਅਤੇ ਸੁੰਡੀ ਤਾਂ ਵੀ ਕੀ ਸੁੰਡੀ ਉਹਨੇ ਹੁਣੇ ਇਹ ਅਟੈਕ ਕਰਨਾ ਨਵੇਂ ਬੀ ਆ, ਅਤੇ ਨਵਾਂ ਬੀ ਇਹ ਲੱਗਾ ਤਾਂ ਥੋੜ੍ਹੀ ਜਗ੍ਹਾ 'ਚੋਂ ਹੀ ਆ, ਲੇਕਿਨ ਅਲਹਮਦੁਲਿਲਾ ਅੱਲਾ ਮੀਆਂ ਉਹਨਾਂ ਦੀ ਕਿਸਮਤ ਚੁੱਕਰ ਹੈ, ਬੀ ਬਹੁਤ ਅੱਛਾ ਵਾ, ਬੜਾ ਪਿਆਰਾ ਵਾ। ਅਤੇ ਆਪਾਂ ਇਨਸ਼ਾਅੱਲਾ ਅਗਲੇ ਸਾਲ ਜਿਹੜਾ ਇਹੀ ਬੀ ਬੀਜਾਂਗੇ ਅੱਗੇ ਦਾ ਚਾਹੀਦਾ। ਆ ਦੇਖੋ ਖਾ ਬਾਈ, ਆਪਾਂ ਵੀ ਕਪਾਹਾਂ ਦੀਆਂ ਵਰਾਇਟੀਆਂ ਬੀਜਦੇ ਹਾਂ, ਲੇਕਿਨ ਮੇਰੇ ਜੱਟ ਜ਼ਿਮੀਂਦਾਰ ਭਰਾ ਮਾਸ਼ਾਅੱਲਾ ਅੱਲਾ ਦੇ ਫਜ਼ਲ ਨਾਲ, ਅੱਲਾ ਦੇ ਕਰਮ ਨਾਲ ਵੀ ਲਹਿੰਦੇ ਪੰਜਾਬ ਦੇ ਵਿੱਚ ਗੱਲ ਕਰੋ ਵੀ ਲਹਿੰਦੇ ਪੰਜਾਬ ਵਾਲੇ ਵੀ ਚੜ੍ਹਦੇ ਪੰਜਾਬ ਨਾਲੋਂ ਘੱਟ ਨਹੀਂ ਗੇ ਕਿਸੇ ਵੀ ਪਾਸੇ ਦੀ ਫਸਲਾਂ ਦੇ ਮੁਤਲਕ। ਉੱਦਾਂ ਤਾਂ ਬਾਈ ਜੀ ਵੀ ਲੈਣਾ ਦੇਣਾ ਤਾਂ ਵੀ ਅੱਲਾ ਤਾਲਾ ਨਹੀਂ ਹੁੰਦਾ ਵਾ, ਜੋ ਵੀ ਕਿਸਮਤ 'ਚ ਹੁੰਦਾ, ਲੇਕਿਨ ਮੇਰਾ ਜੱਟ ਜ਼ਿਮੀਂਦਾਰ ਭਰਾ ਜਿਹੜਾ ਵਾ ਉਹ ਕੋਸ਼ਿਸ਼ ਤਾਂ ਕਰਦਾ ਵਾ। ਬਹਰਹਾਲ ਇਸ ਬੀ ਨਾਲੋਂ ਬੀ ਮੈਂ ਹੋਰ ਕੋਈ ਨਹੀਂ ਦੇਖਿਆ, ਅਤੇ ਬਾਕੀ ਆਓ ਚੱਲਦੇ ਤੁਹਾਨੂੰ ਕੁਛ ਹੋਰ ਛਾਵਾਂ ਦਿਖਾਉਂਦੇ ਹਾਂ। ਅੱਛਾ ਬਾਈ, ਹੁਣਾਂ ਨੂੰ ਤਿਲੀ ਦੀ ਗੱਲ ਕਰਾਂ, ਇਸੇ ਮਾਲਕ ਦੀ ਆ ਤਿਲੀ। ਤਿਲੀ ਵੀ ਅਲਹਮਦੁਲਿਲਾ ਮਾਸ਼ਾਅੱਲਾ ਵੀ ਕਾਫੀ ਪਿਆਰੀ ਆ, ਅੱਛੀ ਆ। ਫਲ ਦੀ ਗੱਲ ਕਰੋ ਤੇ ਕੈਮਰਾਮੈਨ ਸਾਹਿਬ ਜ਼ਰਾ ਨਜ਼ਦੀਕ ਕਰਨਾ ਕੈਮਰੇ ਨੂੰ, ਦੇਖੋ ਵੀ ਇਹਦੀ ਲੜੀ ਤਕਰੀਬਨ ਮੁੱਢੋਂ ਹੀ ਸ਼ੁਰੂ ਹੋਈ ਆ। ਆਪਾਂ ਬੜੀਆਂ ਬਾਈ ਵੀਡੀਓ ਨਾ ਅਪਲੋਡ ਕੀਤੀਆਂ ਵਾ, ਲੇਕਿਨ ਤਿਲੀ ਵੀ ਮੈਨੂੰ ਇਸ ਹਿਸਾਬ ਦੇ ਵਿੱਚ ਕਿਤੇ ਨਜ਼ਰ ਨਹੀਂ ਆਈ।
ਤੇ ਅੱਜ ਮੈਂ ਇਸੇ ਕਪਾਹ ਦਾ ਤੇ ਇਸੇ ਤਿਲੀ ਦਾ ਹੀ ਸੁਣ ਕੇ ਆਇਆ ਸੀ ਵੀ ਬੜਾ ਕਾਫੀ ਵੀ ਸਾਡੇ ਇਲਾਕੇ 'ਚੋਂ ਨਾਂ ਚੱਲਣ ਡਿਆ ਸੀ ਵੀ ਉੱਥੇ ਨਾ ਕਪਾਹ ਬੀਜੀ ਬੜਾ ਫਾਲਾ ਤੇ ਤਿਲੀ ਦਾ ਕੋਈ ਨਵਾਂ ਜਦੀਦ ਕੋਈ ਬੀਜ ਆਇਆ ਤੇ ਕਪਾਹ ਦਾ ਆਇਆ ਵਾ ਤੇ ਮੈਂ ਆਪਦੇ ਵੀਰਾਂ ਆਪਦੇ ਦੋਸਤਾਂ ਆਪਦੇ ਮਿੱਤਰਾਂ ਨੂੰ ਉਹ ਵੀਡੀਓ ਬਣਾ ਕੇ ਵੀ ਅਪਲੋਡ ਕਰਦਾ ਤੇ ਆਓ ਤੁਹਾਨੂੰ ਕੁਛ ਅੱਗੇ ਲੈ ਕੇ ਕਰਦਾ। ਇੱਧਰ ਦੇਖੋ ਮਾਸ਼ਾਅੱਲਾ, ਅੱਲਾ ਮੀਆਂ ਦੀ ਕਿਸਮਤ ਚੁੱਕਰ, ਅੱਲਾ ਮੀਆਂ ਉਹਨਾਂ ਨੂੰ ਹੋਰ ਦੇਵੇ। ਇਸੇ ਤਰੀਕੇ ਨਾਲ ਕਾਫੀ ਫਾਲਾ, ਪਿਆਰਾ ਫਾਲਾ, ਅੱਛਾ ਫਾਲਾ, ਖੂਬਸੂਰਤੀ ਨਾਲ ਹੀ ਫਾੜ ਲਈ ਕੜੀ ਹੈ। ਤੀੜੀ ਵੀ ਸੋਹਣੀ ਆ, ਚੰਗੀ ਆ। ਆਹ ਮੇਰਾ ਖਿਆਲ ਆ ਕਿ ਥੋੜ੍ਹਾ ਜਿਹਾ ਕੋਈ ਵੀ ਪਿਛੇਤੇ ਬੀਜ ਦਿੱਤੇ ਆ ਤੇ ਇਹਦੀ ਵਜ੍ਹਾ ਨਾਲ ਥੋੜ੍ਹਾ ਜਿਹਾ ਇਹ ਘੱਟ ਆ, ਬਾਕੀ ਸਾਰੀ ਜਿੰਨੀ ਵੀ ਆ ਚੰਗੀ ਸੋਹਣਾ ਫਲ ਲਈ ਖੜੀ। ਤੇ ਚੱਲਦੇ ਅੱਗੇ, ਕੁਛ ਤੁਹਾਨੂੰ ਅੱਗੇ ਕੁਛ ਸ਼ਾਵਾਂ ਦਿਖਾਉਂਦਾ। ਅੱਛਾ ਗੱਲ ਇਵੇਂ ਕਿ ਬਾਈ ਦੇਖੋ ਵੀ ਆ ਬੂਟੇ ਦਾ ਕੱਦ ਦੇਖ ਲਓ ਤੇ ਬੂਟੇ ਦੀ ਗਰੋਥ ਦੇਖ ਲਓ, ਵੀ ਗਰੋਥ ਵੀ ਬੜੀ ਪਿਆਰੀ ਆ, ਅੱਛੀ ਗਰੋਥ ਆ। ਲੇਕਿਨ ਜਿਹੜਾ ਤੁਹਾਨੂੰ ਪਹਿਲੇ ਬੀਜ ਦਿਖਾਇਆ ਨਾ ਉਹ ਬੀਜ ਹੋਰ ਸੀਗਾ, ਆਹ ਬੀਜ ਹੋਰ ਆ। ਤੇ ਇਹਦੀ ਵੀ ਉਹਨਾਂ ਨੇ ਦੇਖੋ ਇੱਕ ਚਿਣਾਈ ਕਰਾ ਦਿੱਤੀ ਆ। ਤੇ ਅੱਗੇ ਅੱਗੇ ਟਿੰਡੇ ਦੇਖੋ, ਉੱਤੇ ਟਿੰਡਿਆਂ ਨਾਲ ਵੀ 6 ਮਣ 7 ਮਣ ਯਾਨੀ ਕਿ ਕਿੱਲੇ ਦੀ ਕਹਿੰਦੇ ਕਿ ਐਵਰੇਜ ਨਿਕਲ ਗਈ ਹੈ। ਤੇ ਇਹ ਮੈਨੂੰ ਲੱਗਦੀ ਕਿ ਅਲਹਮਦੁਲਿਲਾ ਅੱਲਾ ਮੀਆਂ ਉਹਨਾਂ ਨੂੰ ਹੋਰ ਜ਼ਿਆਦਾ ਦੇਵੇ। 6 ਮਣ 7 ਮਣ ਵੀ ਨਿਕਲਣ ਦੀ ਫਿਰ ਤਿਆਰੀ ਕੀਤੀ ਖੜੀ ਹੈ, ਜੇ ਬਾਰਿਸ਼ਾਂ ਤੋਂ ਵੀ ਸਹੀ ਰਹਿ ਜਾਵੇ ਤੇ ਅੱਗੇ ਚੱਲਦੇ ਹਾਂ ਕੁਛ। ਅੱਛਾ ਐਵੇਂ ਆ ਕਿ ਵੀ ਜਿਵੇਂ ਥੋੜ੍ਹਾ ਜਿਹਾ ਵੀ ਬੱਦਲ ਨਜ਼ਰ ਆਉਂਦਾ ਨਾ ਵੀ ਕਿਸੇ ਪਾਸਿਓ, ਅਸੀਂ ਤਾਂ ਦੁਆ ਜੱਟ ਜ਼ਿਮੀਂਦਾਰ ਭਰਾ ਮੰਗਦੇ ਹੀ ਰਹਿੰਦੇ ਹਾਂ ਵੀ ਯਾ ਅੱਲਾ ਬਾਰਿਸ਼ ਦੇ ਤੇ ਦੇ ਆਪਦੀ ਰਹਿਮਤ ਦੀ ਦੇ। ਅਤੇ ਲੇਕਿਨ ਜਿਹੜੇ ਮੇਰੇ ਭੱਠਿਆਂ ਵਾਲੇ ਆ ਭਰਾ ਦੋਸਤ ਵੀਰ ਆ ਜਿੰਨੇ ਵੀ, ਉਹਨਾਂ ਨੂੰ ਪਰੇਸ਼ਾਨੀ ਬਣ ਜਾਂਦੀ ਆ। ਪਰੇਸ਼ਾਨੀ ਇਹ ਬਣੀ ਵੀ ਹਲਕਾ ਜਿਹਾ ਬੱਦਲ ਉੱਧਰੋਂ ਚੜਿਆ ਵਾ, ਯਾਨੀ ਕਿ ਲਹਿੰਦੀ ਸਾਈਡ ਤੋਂ ਚੜਿਆ ਵਾ ਹਲਕਾ ਜਿਹਾ ਬੱਦਲ। ਅਤੇ ਉਹ ਭੱਠੇ ਵਾਲਾ ਜਿਹੜਾ ਵਾ ਉਹ ਛਾਪਰ ਦੇਣਾ ਸ਼ੁਰੂ ਕੀਤੀ, ਜਿਹੜਾ ਟਾਈਮ ਹੈ ਵੀ ਮੈਂ ਆਪਦੀਆਂ ਇੱਟਾਂ ਵਿਚਾ ਲਵਾਂ। ਹੁਣ ਅੱਲਾ ਤਾਲਾ ਸਾਡੇ 'ਤੇ ਰਾਜ਼ੀ ਹੋਊਗਾ ਜਾਂ ਉਹਨਾਂ 'ਤੇ ਰਾਜ਼ੀ ਹੋਊਗਾ, ਪਤਾ ਨਹੀਂ ਵੀ ਅੱਲਾ ਤਾਲਾ ਉਹਨਾਂ 'ਤੇ ਰਾਜ਼ੀ ਆ ਜਾਂ ਸਾਡੇ 'ਤੇ ਰਾਜ਼ੀ। ਅੱਲਾ ਤਾਲਾ ਉਹਨਾਂ ਨੂੰ ਬਾਰਿਸ਼ ਦਿੰਦਾ ਜਾਂ ਸਾਨੂੰ ਦਿੰਦਾ, ਇਹ ਮੇਰੇ ਅੱਲਾ ਤਾਲਾ ਨੂੰ ਪਤਾ ਵਾ। ਅਤੇ ਵੀਡੀਓ ਬਾਈ ਆਪਾਂ ਇੱਥੇ ਹੀ ਖਤਮ ਕਰਦੇ ਪਏ। ਵੀਡੀਓ ਅੱਛੀ ਲੱਗੇ, ਪਸੰਦ ਲੱਗੇ, ਸ਼ੇਅਰ ਲਾਜ਼ਮੀ ਕਰ ਦਿਆ ਕਰੋ, ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ, ਲਾਈਕ ਕਰ ਦਿਆ ਕਰੋ, ਫੋਲੋ ਕਰ ਦਿਆ ਕਰੋ, ਕਮੈਂਟ ਦੇ ਵਿੱਚ ਸਲਾਹ ਦਾ ਇਜ਼ਹਾਰ, ਚਾਹੇ ਚੜ੍ਹਦੇ ਪੰਜਾਬ ਵਾਲੇ ਚਾਹੇ ਲਹਿੰਦੇ ਪੰਜਾਬ ਵਾਲੇ ਜਿੰਨੇ ਮੇਰੇ ਮਿੱਤਰ ਆ ਵੀਰ ਆ ਉਹ ਕਮੈਂਟ ਦੇ ਵਿੱਚ ਜਵਾਬ ਮੈਨੂੰ ਲਾਜ਼ਮੀ ਦਿਆ ਕਰੋ। ਆਪਣਾ ਖਿਆਲ ਰੱਖਣਾ, ਦੁਆਵਾਂ 'ਚ ਮੈਨੂੰ ਯਾਦ ਰੱਖਣਾ। ਅੱਲਾ ਹਾਫਿਜ਼।